अगर आपने हमारे YouTube चैनल को सब्सक्राइब नहीं किया है तो आपको सब्सक्राइब बटन दिख रहा है, आप इसको क्लिक कीजिए और सब्सक्राइब कर दीजिए। और साथ ही साथ बेल आइकन दिखाई दे रहा है, आप इसको भी क्लिक कीजिए और इनेबल कर दीजिए ताकि हम जब भी नई वीडियो अपलोड करें आपको उसकी नोटिफिकेशन मिल सके। ਇੱਕ ਸਮਾਂ ਆਇਆ ਚਰਚ ਦੇ ਵਿੱਚ ਸੁੱਟਾ ਦੇ ਸੈੱਟ ਸੀ, ਕਿਸੇ ਵੱਲੋਂ ਉਹ ਵੀ ਖਰਾਬ ਹੋ ਗਿਆ। ਕੋਈ ਕੋਲ ਪੈਸਾ ਮਿਲੇ, ਖਰਚੇ ਜ਼ਿਆਦਾ ਵਧਾਣੇ, ਸੇਵਕਾਈ ਕਰਨ ਦੇ ਲਈ ਕੋਈ ਪੈਸਾ ਮੇਰੇ ਕੋਲ ਬਚਿਆ ਨਹੀਂ। ਸੈੱਟ ਖਰਾਬ ਹੋ ਗਿਆ, ਮੈਕ ਖਰਾਬ ਹੋ ਗਿਆ, ਡੇਟਾ ਖਰਾਬ ਹੋ ਗਿਆ, ਫਿਰ ਕੀ ਸੀ ਬੋਲੋ? ਬਿਨਾਂ ਮੈਕ ਤੋਂ ਮੈਂ ਕੀ ਕਰਦਾ ਹੁੰਦਾ, ਬਦਕੀ ਕਰਦਾ ਹੁੰਦਾ। ਚਰਚ ਦੇ ਵਿੱਚ ਰਸਾਉਣ ਦੇ ਲਈ ਦਰੀਆਂ ਵੀ ਪੂਰੀਆਂ ਨਹੀਂ ਸੀ। ਮੈਂ ਲੋਕਾਂ ਨੂੰ ਬੋਲਣਾ, ਪ੍ਰਭੂ ਯਿਸੂ ਸੀ ਆਉਣ ਵਾਲੇ ਸਮੇਂ 'ਚ ਆਹ ਕੰਮ ਕਰ ਦੇਗਾ, ਆਹ ਕੰਮ ਕਰ ਦੇਗਾ। ਲੋਕਾਂ ਨੇ ਸੋਚਣਾ ਵੀ ਪਾਸਟਰ ਪਾਗਲ ਹੋ ਗਿਆ, ਹੈਗਾ ਪੱਲੇ ਕੁਝ ਵੀ ਨਹੀਂ ਆ, ਇਹ ਗੱਲਾਂ ਕੀ ਕਰਦਾ ਹੈ, ਵੱਡੀਆਂ ਵੱਡੀਆਂ ਕਰੀ ਜਾਂਦਾ, ਲੋਕ ਵਿਸ਼ਵਾਸ ਨਹੀਂ ਕਰਦੇ। ਮੈਨੂੰ ਪਤਾ ਸੀ ਕਿ ਮੇਰੀਆਂ ਗੱਲਾਂ ਨੂੰ ਲੋਕ ਕੀ ਨਹੀਂ ਕਰ ਰਹੇ, ਸੱਚ ਨਹੀਂ ਮੰਨ ਰਹੇ। ਕੋਲ ਮੇਰੇ ਕੋਈ ਪੈਸਾ ਨਹੀਂ ਸੀ, ਮੈਂ ਲੋਕਾਂ ਨੂੰ ਬੋਲਣਾ ਆਹ ਕੰਮ ਹੋ ਜਾਏਗਾ, ਆਹ ਕੰਮ ਹੋ ਜਾਏਗਾ, ਪਰ ਕੀ ਆ, ਲੋਕੀ ਕਹਿੰਦੇ ਚਰਚ ਦੀ ਢੋਲਕੀ ਵੀ ਟੁੱਟ ਗਈ, ਸੈੱਟ ਵੀ ਖਰਾਬ ਹੋ ਗਿਆ। ਹੱਲ ਲਈ ਆ ਕਲੀਸੀਆ ਦੇ ਲਈ ਸੌਣ ਦੇ ਲਈ ਪੂਰੀਆਂ ਦਰੀਆਂ ਵੀ ਨਹੀਂ ਗਈਆਂ, ਤੇ ਪ੍ਰਭੂ ਏਡੇ ਵੱਡੇ ਵੱਡੇ ਜਿੰਨੇ ਪ੍ਰਭੂ ਦਾ ਦਾਸ ਬੋਲਦਾ ਕੰਮ ਕਿਵੇਂ ਕਰੇਗਾ? ਹੱਲ ਲਈ ਆ ਕੋਈ ਮੇਰੀਆਂ ਗੱਲਾਂ 'ਤੇ ਕੀ ਨਹੀਂ ਕਰਦਾ, ਵਿਸ਼ਵਾਸ ਨਹੀਂ ਕਰਦਾ। ਮੈਂ ਲੋਕਾਂ ਨੂੰ ਬੋਲਿਆ, ਮੈਂ ਕਿਹਾ ਅੱਜ ਤੋਂ ਜਲਦੀ ਹੀ ਪਰਮੇਸ਼ਵਰ ਆਪਾਂ ਨੂੰ ਸੌਣ ਦੇ ਲਈ ਵਧੀਆ ਟੈਂਟ ਕੀ ਕਰੇਗਾ ਬੋਲੋ, ਦੇ ਦੇਗਾ ਟੈਂਟ ਲਗਾਉਣ ਲਈ। ਪ੍ਰਭੂ ਆਪਾਂ ਨੂੰ ਕੀ ਕਰ ਦੇਗਾ ਬੋਲੋ? ਦੇ ਦੇਗਾ ਬੋਲੋ, ਹਾਲੇਲੂਯਾ। ਤਾਂ ਪਰਮੇਸ਼ਵਰ ਨੇ ਉਹਨਾਂ ਦਿਨਾਂ 'ਚ ਇੰਤਜ਼ਾਮ ਕੀਤਾ ਸੀ, ਸਾਈਂ ਦਾ ਜਿੰਨਾ ਵੀ ਸਮਾਨ ਹੈਗਾ ਸੀ, ਕੁਝ ਝਾੜੀਆਂ ਲਿਆਂਦੀਆਂ, ਕੁਝ ਜੋ ਵੀ ਸਾਨੂੰ ਚਾਹੀਦਾ ਸੀ ਅਸੀਂ ਕੀ ਕੀਤਾ? ਬੋਲੋ, ਲਿਆਂਦਾ। ਲੋਕਾਂ ਨੂੰ ਵਿਸ਼ਵਾਸ ਹੋਇਆ, ਚਲੋ ਕਹਿੰਦੇ ਇੱਕ ਗੱਲ ਤਾਂ ਪ੍ਰਭੂ ਦੀ ਦਾਸ ਦੀ ਕੀ ਹੋਈ, ਬੋਲੋ ਪੂਰੀ ਹੋ ਗਈ, ਹਾਲੇਲੂਯਾ। ਲੋਕ ਖੁਸ਼ ਹੋ ਗਏ ਕਿ ਪ੍ਰਭੂ ਦੀ ਦਾਸ ਨੇ ਬੋਲਿਆ ਸੀ, ਚਲੋ ਇੱਕ ਗੱਲ ਤਾਂ ਕੀ ਹੋਈ, ਪੂਰੀ ਹੋਈ। ਮੈਂ ਲੋਕਾਂ ਨੂੰ ਬੋਲਿਆ ਕਿ ਪਰਮੇਸ਼ਵਰ ਆਪਾਂ ਨੂੰ ਅੱਜ ਆਪਣੇ ਕੋਲੇ ਸੋਟਾ ਜਿਹਾ ਸੈੱਟ ਵੀ ਨਹੀਂ ਗਾ, ਲੇਕਿਨ ਪਰਮੇਸ਼ਵਰ ਆਪਾਂ ਨੂੰ ਸੌਣ ਦਏਗਾ ਚਰਚ ਦੇ ਵਿੱਚ ਲਾਉਣ ਦੇ ਲਈ। ਹਾਲੇਲੂਯਾ। ਲੋਕਾਂ ਨੇ ਸੋਚਿਆ ਸੌਣ ਜੇ ਸੋਟਾ ਵੀ ਲਈਏ, ਹਿਸਾਬ ਦਾ ਵੀ ਲਈਏ, ਘੱਟੋ ਘੱਟ ਲੱਖ ਰੁਪਈਆ ਤਾਂ ਕੀ ਕਰਨਾ, ਬੋਲੋ, ਲੱਖ ਡੇਢ ਲੱਖ ਚਾਹੀਦਾ। ਕੋਲ ਤਾਂ ਸਾਡੇ ਕੁਝ ਪਾਸਟ ਦੇ ਕੋਲ ਕੁਝ ਹੈਗਾ ਤੇ ਹੈ ਨੀ, ਹਾਲੇਲੂਯਾ। ਉਹ ਗੱਲ ਮੂੰਹ ਚੋਂ ਨਿਕਲੀ, ਪ੍ਰਭੂ ਨੇ ਥੋੜੇ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਕੀ ਕੀਤਾ, ਬੋਲੋ, ਸੌਣ ਦਾ ਇੰਤਜ਼ਾਮ ਕੀਤਾ, ਬੋਲੋ, ਹਾਲੇਲੂਯਾ। ਲੱਖ ਦੇ ਲਾਗੇ ਬੰਨੇ ਕੀ ਆਇਆ ਸੀ, ਬੋਲੋ, ਸੌਣ ਆਇਆ। ਲੋਕਾਂ ਨੂੰ ਥੋੜਾ ਹੋਇਆ, ਹਾਂ ਪ੍ਰਭੂ ਦਾਸ ਨੇ ਬੋਲਿਆ ਸੀ, ਕੀ ਆ, ਬੋਲੋ, ਹੋ ਗਿਆ, ਹਾਲੇਲੂਯਾ। ਫਿਰ ਮੈਂ ਕਿਹਾ ਜਿਹੜੀਆਂ ਹੁਣ ਪ੍ਰਭੂ ਇਹ ਵੱਡੀਆਂ ਬੰਦਗੀਆਂ ਵੀ ਕਰੇਗਾ, ਤੇ ਵੱਡੀਆਂ ਬੰਦਗੀਆਂ ਦੇ ਵਿੱਚ ਕੰਮ ਕੀ ਹੋਣਗੇ, ਬੋਲੋ, ਜ਼ਿਆਦੇ ਹੋਣਗੇ, ਹਾਲੇਲੂਯਾ। ਤਾਂ ਜਦੋਂ ਮੈਂ ਬੰਦਗੀਆਂ ਕਰਨੀਆਂ ਸ਼ੁਰੂ ਕੀਤੀਆਂ, ਮੈਨੂੰ ਕੁਝ ਲੋਕ ਪੁੱਛਦੇ ਸੀ, ਪਾਸਟਰ ਜੀ ਇਹਦੀ ਕਿਹੜਾ ਪਾਸਟਰ ਆਉਣਾ ਹੈ, ਇਹਦੀ ਕਿੰਨੇ ਆਉਣਾ ਹੈ। ਮੈਂ ਲੋਕਾਂ ਨੂੰ ਕਿਹਾ, ਜਦੋਂ ਤੁਸੀਂ ਬੱਚੇ ਸੀ ਉਦੋਂ ਕਿਹੜਾ ਪਾਸਟਰ ਸੀ ਜਿਹਨੇ ਤੁਹਾਡੇ ਲਈ ਦੁਆ ਕੀਤੀ ਸੀ? ਕਹਿੰਦੇ ਤੁਸੀਂ ਕੀਤੀ ਸੀ। ਤੇ ਮੈਂ ਕਿਹਾ ਜਦੋਂ ਮੈਂ ਤੁਹਾਡੇ ਲਈ ਦੁਆ ਕੀਤੀ ਤੁਸੀਂ ਬਚ ਗਏ, ਤੇ ਅੱਜ ਮੈਂ ਹੋਰ ਲੋਕਾਂ ਲਈ ਪ੍ਰਾਰਥਨਾ ਕਰਾਂਗਾ ਤਾਂ ਉਹ ਨਹੀਂ ਬਚਣਗੇ? ਕਹਿੰਦੇ ਬਚ ਜਾਣਗੇ, ਹਾਲੇਲੂਯਾ। ਮੈਂ ਕਿਹਾ ਤੁਸੀਂ ਕਿਉਂ ਸਵਾਲ ਕਰਦੇ ਜੀ ਕਿ ਪ੍ਰਚਾਰ ਕਰਨ ਲਈ ਕਿਹੜਾ ਪਾਸਟਰ ਆ ਰਿਹਾ? ਹਾਲੇਲੂਯਾ। ਮੈਂ ਕਿਹਾ ਉਹ ਪਾਸਟਰ ਆ ਰਿਹਾ ਅੱਜ ਜਿਹੜੇ ਪਾਸਟਰ ਨੇ ਤੇਰੇ ਲਈ ਦੁਆ ਕੀਤੀ ਤੇ ਤੂੰ ਕੀ ਹੋ ਗਿਆ? ਚੰਗਾ ਹੋ ਗਿਆ, ਹਾਲੇਲੂਯਾ। ਕੋਈ ਨਹੀਂ ਬਾਹਰੋਂ ਆ ਰਿਹਾ, ਮੈਂ ਪ੍ਰਚਾਰ ਲਈ ਜਾ ਰਿਹਾ, ਬੋਲੋ, ਹਾਲੇਲੂਯਾ। ਜਦੋਂ ਲੋਕਾਂ ਨੇ ਬੰਦਗੀਆਂ ਦੇ ਵਿੱਚ ਦੇਖਿਆ ਕਿ ਕੀ ਕੀਤੇ, ਬੋਲੋ, ਲੰਗੜੇ ਵੀ ਚੱਲੇ ਆ, ਗੁੰਗੇ ਵੀ ਬੋਲੇ ਆ, ਅੱਡੇ ਅੱਡੇ ਕੀ ਕੀਤਾ, ਬੋਲੋ, ਦੇਖਿਆ ਪੱਥਰੀਆਂ ਤੋਂ, ਟੀਵੀ ਤੋਂ, ਕੈਂਸਰ ਤੋਂ, ਸੋਹਣੀਆਂ ਤੋਂ, ਹਰ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਲੋਕਾਂ ਨੇ ਕੀ ਪਾਇਆ? ਛੁਟਕਾਰਾ ਪਾਇਆ, ਹਾਲੇਲੂਯਾ। ਲੋਕਾਂ ਨੂੰ ਵਿਸ਼ਵਾਸ ਹੋਇਆ, ਠੀਕ ਹੈ ਜੋ ਪ੍ਰਭੂ ਦਾਸ ਨੇ ਬੋਲਿਆ ਸੀ ਕੀ ਹੋਇਆ, ਬੋਲੋ, ਪੂਰਾ ਹੋਇਆ, ਹਾਲੇਲੂਯਾ। ਬੀਤੇ ਸਮੇਂ ਦੇ ਵਿੱਚ ਮੈਂ ਇੱਕ ਗੱਲ ਬੋਲੀ ਸੀ ਇਤਨਾ 'ਚ, ਮੈਂ ਕਿਹਾ ਪਰਮੇਸ਼ੁਰ ਆਪਾਂ ਨੂੰ ਚਰਚ ਲਈ ਕੀ ਦੇਵੇਗਾ, ਬੋਲੋ, ਜਗ੍ਹਾ ਦੇਵੇਗਾ, ਆਪਾਂ ਖੁੱਲ੍ਹੀ ਜ਼ਮੀਨ ਲੈ ਕੇ ਤਾਂ ਉੱਥੇ ਕੀ ਬਣਾਉਣਾ, ਬੋਲੋ, ਚਰਚ ਬਣਾਉਣਾ, ਹਾਲੇਲੂਯਾ। ਕੁਝ ਕਈ ਲੋਕਾਂ ਨੇ ਵੇਖਿਆ, ਮੈਨੂੰ ਮਜ਼ਾਕ ਨੇ ਪੁੱਛਿਆ, ਕਹਿੰਦੇ
ਪੁੱਛਿਆ ਕਈਆਂ ਨੇ, ਪਤਾ ਨਹੀਂ ਕਿਵੇਂ ਪੁੱਛਦੇ ਹੀ ਉਹਨਾਂ ਦੇ ਦਿਲ ਦੀ, ਉਹ ਜਾਣਨ ਜਾਂ ਖੁਦਾ ਜਾਣੇ। ਕਈ ਨੇ ਕਹਿੰਦੀ ਪਾਸਟਰ ਜੀ ਚਰਚ ਨੇ ਜਗ੍ਹਾ ਲੈਣੀ ਸੀ, ਉਹ ਜ਼ਮੀਨ ਖਰੀਦ ਲਈ ਆਪਾਂ। ਮੈਂ ਕਿਹਾ ਨਹੀਂ ਖਰੀਦੀ ਨਹੀਂ, ਪ੍ਰਾਰਥਨਾ ਕਰਨ ਡਿਆ ਜੀ। ਪ੍ਰਭੂ ਕੀ ਕਰੇਗਾ ਬੋਲੋ, ਦੇ ਦੇਗਾ। ਪ੍ਰਭੂ ਕੀ ਕਰੇਗਾ, ਜ਼ਰੂਰ ਦੇਗਾ। ਹਾਲੇਲੂਇਆ। ਤਾਂ ਮੇਰੇ ਪਰਮੇਸ਼ਵਰ, ਮੈਂ ਆਪਣੇ ਪਰਮੇਸ਼ਵਰ ਨੂੰ ਧੰਨਵਾਦ ਕਰਦਾ ਵਾਂ। ਹਾਲੇਲੂਇਆ। ਤੁਸੀਂ ਵਿਸ਼ਵਾਸ ਕਰ ਲਓ ਵੀ ਜਗ੍ਹਾ ਲੈ ਲਈ ਆ, ਲਈ ਨਹੀਂ ਅਜੇ, ਪੈਸੇ ਵੀ ਨਹੀਂ ਅਜੇ ਦਿੱਤੇ। ਤੁਸੀਂ ਵਿਸ਼ਵਾਸ ਕਰਕੇ ਬੋਲ ਦਿਓ ਵੀ ਜਗ੍ਹਾ ਲੈ ਲਈ ਅਸੀਂ। ਬੋਲੋ ਹਾਲੇਲੂਇਆ, ਤੇ ਉੱਚੀ ਆਵਾਜ਼ ਨਾਲ ਬੋਲ ਦਿਓ ਆਮੀਨ। ਸਮਝ ਲਓ ਮਰੈਕਲ ਹੋ ਗਿਆ, ਮਰੈਕਲ ਬਣੀ ਹੋਗੀ, ਮਰੈਕਲ ਬਣੀ ਹੋਗੀ, ਮਰੈਕਲ ਬਣੀ ਹੋਗੀ। ਹਾਲੇਲੂਇਆ। ਜੇ ਪਰਮੇਸ਼ਵਰ ਤੁਹਾਡੇ ਅਕਾਊਂਟ ਦੇ ਵਿੱਚ ਮੇਰੇ ਕਹਿਣ ਨਾਲ ਪੈਸੇ ਪਾ ਸਕਦਾ, ਬੋਲੋ ਹਾਲੇਲੂਇਆ। ਮੇਰੇ ਕਹਿਣ ਦੇ ਨਾਲ ਲੋਕਾਂ ਦੇ ਪਰਸਾਂ 'ਚ ਪੈਸੇ ਪੈ ਸਕਦੇ ਆ, ਲੋਕਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਸਕਦੇ ਆ, ਔਰ ਲੋਕਾਂ ਦੇ ਮੋਬਾਈਲ ਰੀਚਾਰਜ ਹੋ ਸਕਦੇ ਆ। ਬੋਲੋ ਹਾਲੇਲੂਇਆ। ਕੀ ਖੁਦਾ ਮੇਰੇ ਲਈ ਜਿੰਦਾ ਖੁਦਾ ਨਹੀਂ, ਤੁਸੀਂ ਬੋਲੋ, ਮੇਰੇ ਅਕਾਊਂਟ 'ਚ ਨਹੀਂ ਪਾ ਸਕਦਾ। ਚਰਚ ਦੀ ਜ਼ਮੀਨ ਖਰੀਦਣ ਲਈ ਮੇਰੇ ਵੀ ਮੇਰਾ ਪਰਮੇਸ਼ਵਰ ਮਰੈਕਲ ਮਣੀ ਨਹੀਂ ਕਰ ਸਕਦਾ, ਕਰ ਸਕਦਾ। ਬੋਲੋ ਹਾਲੇਲੂਇਆ, ਤੇ ਜ਼ੋਰ ਨਾਲ ਬੋਲੋ ਆਮੀਨ, ਜ਼ੋਰ ਸੇ ਬੋਲੋ ਆਮੀਨ। ਆਮੀਨ ਛੋਟੀ ਹੈ, ਬੇਵਿਸ਼ਵਾਸੀਆਂ ਵਾਲੀ ਆਮੀਨ, ਜ਼ੋਰ ਨਾਲ ਬੋਲੋ ਆਮੀਨ, ਜ਼ੋਰ ਸੇ ਬੋਲੋ ਆਮੀਨ। ਹਾਲੇਲੂਇਆ। ਜਦੋਂ ਮੈਂ ਬੋਲਿਆ ਸੀ, ਲੋਕੀ ਕਹਿੰਦੇ ਨੇ ਪਾਸਟਰ ਦੇ ਮੂੰਹ 'ਚ ਜੋ ਆਉਂਦਾ ਬੋਲ ਦਿੰਦਾ ਹੈ, ਸੋਚਦਾ ਨਹੀਂ ਕਿ ਗੱਲ ਬਹੁਤ ਵੱਡੀ ਹੈ। ਛੋਟਾ ਮੂੰਹ ਤੇ ਬੜੀ ਬਾਤ, ਕੁਝ ਲੋਕੀ ਕਹਿੰਦੇ ਛੋਟਾ ਮੂੰਹ ਬੜੀ ਬਾਤ। ਹਾਲੇਲੂਇਆ, ਜ਼ੋਰ ਸੇ ਬੋਲੋ ਕੀ ਜੋ ਜੋ ਮੈਂ ਬੋਲ ਰਿਹਾ ਵਾਂ ਉਹ ਹੋ ਰਿਹਾ ਵਾ ਕਿ ਨਹੀਂ ਹੋ ਰਿਹਾ, ਬੋਲੋ ਉੱਚੀ ਬੋਲੋ। ਤੇ ਜੋ ਮੈਂ ਬੋਲ ਦਿੱਤਾ ਵਾ ਜੋ ਪੂਰਾ ਨਹੀਂ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੀ ਅੱਖਾਂ ਨਾਲ ਕੀ ਕਰਿਓ, ਬੋਲੋ ਦੇਖਿਓ। ਹਾਲੇਲੂਇਆ। ਕਿਉਂਕਿ ਖੁਦਾਵੰ ਜਿੰਦਾ ਪਰਮੇਸ਼ਵਰ ਆਪਣੇ ਦਾਸ ਦੇ ਮੂੰਹ ਦੇ ਬਚਨਾਂ ਦੀ ਕੀ ਕਰਦਾ ਹੈ, ਰਾਖੀ ਕਰਦਾ ਹੈ। ਮੇਰੇ ਮੂੰਹ ਦੇ ਬਚਨ ਦੀ ਪਰਮੇਸ਼ਵਰ ਕੀ ਕਰਦਾ ਹੈ, ਰਾਖੀ ਕਰਦਾ ਹੈ। ਚਾਹੇ ਕੋਈ ਇਨਸਾਨ ਮੇਰੇ ਮੂੰਹ ਦੇ ਸ਼ਬਦ ਦੀ ਰਾਖੀ ਕਰੇ ਚਾਹੇ ਨਾ ਕਰੇ, ਲੇਕਿਨ ਮੇਰਾ ਜਿੰਦਾ ਪਰਮੇਸ਼ਵਰ ਹੈ ਜਿਹੜਾ ਉਹ ਇਹਨਾਂ ਸ਼ਬਦਾਂ ਦੀ ਬੜੀ ਕੀ ਕਰਦਾ ਹੈ, ਬੋਲੋ ਰਾਖੀ ਕਰਦਾ ਹੈ ਕਿ ਮੇਰੇ ਦਾਸ ਨੇ ਇਸ ਸਮੇਂ ਇਹ ਸ਼ਬਦ ਬੋਲਿਆ ਸੀ, ਇਹਨੂੰ ਕੀ ਨਹੀਂ ਹੋਣ ਦੇਣਾ, ਝੂਠਾ ਨਹੀਂ ਹੋਣ ਦੇਣਾ। ਉਸ ਸ਼ਬਦ ਨੂੰ ਪੂਰਾ ਕਰਨ ਦੇ ਲਈ ਆਪਣੀ ਸਮਰੱਥ ਕੀ ਕਰਦਾ, ਬੋਲੋ ਪ੍ਰਗਟ ਕਰਦਾ ਹੈ। ਧੰਨਵਾਦ ਪਰਮੇਸ਼ਵਰ ਦਾ। ਹਾਲੇਲੂਇਆ, ਹਾਲੇਲੂਇਆ। ਖੁਦਾ ਤੁਹਾਨੂੰ ਬਰਕਤ ਦੇਵੇ। ਥੋੜੇ ਸਮੇਂ ਦੇ ਵਿੱਚ ਦੁਆ ਕਰਨੀ ਹੈ, ਕੌਣ ਕੌਣ ਦੁਆ ਕਰੇਗਾ ਚਰਚ ਦੇ ਲਈ? ਤੇ ਪ੍ਰਭੂ ਆਪਣੇ ਦਾਸ ਦੇ ਮੂੰਹ ਦੇ ਸ਼ਬਦ ਦੀ ਕੀ ਕਰ, ਬੋਲੋ। ਜਿਹੜੇ ਸਾਰੇ ਦੇ ਵਿੱਚ ਸ਼ਬਦ ਬੋਲ ਦਿੱਤੇ ਆ ਉਹ ਕੀ ਨਾ ਹੋਣ, ਬੋਲੋ ਝੂਠੇ ਨਾ ਹੋਣ। ਕੌਣ ਕੌਣ ਦੁਆ ਕਰੇਗਾ? ਰੋਜ਼ਾ ਰੱਖ ਕੇ ਦੁਆ ਕਰੇਗਾ, ਬੋਲੋ ਉੱਚੀ ਬੋਲੋ। ਇੱਕ ਭੈਣ ਕਹਿੰਦੀ ਹਾਂਜੀ ਵੇਖ ਲਓ, ਤੇ ਬਾਕੀ ਦੀ ਨਾ ਜੀ, ਬਾਕੀਆਂ ਦੀ ਕੀ ਆ? ਇੱਕ ਭੈਣ ਕਿੰਨੀ ਦਲੇਰ ਆ ਸਾਰੇ ਵਿੱਚੋਂ, ਕਹਿੰਦੀ ਹਾਂਜੀ ਕੀ ਬੋਲਿਆ ਉਹਨੇ, ਤੇ ਦੂਜੇ ਕੀ ਨੀ ਕੀਤੇ, ਬੋਲੋ ਬੋਲੇ ਨੀ, ਪਿਆਰ ਨੀ ਯਸੂ ਨਾਲ, ਉੱਚੀ ਬੋਲੋ। ਕਹਿੰਦੀ ਪਿਆਰ, ਇੱਕ ਨੇ ਹਾਂਜੀ ਬੋਲਤਾ, ਦੂਜੇ ਨੇ ਕੀ ਕਹਿਤਾ, ਪਿਆਰ, ਤੇ ਦੂਜੇ ਸਾਰੇ ਨਾਰਾਜ਼। ਬੋਲੋ ਹਾਲੇਲੂਇਆ, ਹਾਲੇਲੂਇਆ। ਕੌਣ ਕੌਣ ਪ੍ਰੇਅਰ ਕਰੇਗਾ? ਕੁਛ ਬੋਲੋ। ਮੈਂ ਸੋਚਾਂਗਾ ਵੀ ਨਾਰਾਜ਼ ਹੈ ਪ੍ਰਭੂ ਨਾਲ, ਹਾਂਜੀ ਕੁਛ ਬੋਲੋ। ਕੌਣ ਕੌਣ ਪ੍ਰਾਰਥਨਾ ਕਰੇਗਾ? ਸਾਰੇ ਕਰਾਂਗੇ, ਬਹੁਤ ਵਧੀਆ। ਹਾਲੇਲੂਇਆ, ਹੱਥ ਪੈਰ ਬੋਲੋ ਹਾਲੇਲੂਇਆ। ਧੰਨਵਾਦ ਪਰਮੇਸ਼ਵਰ ਦਾ। ਸਾਰਿਆਂ ਜਾਣਿਆਂ ਨੇ ਪ੍ਰਾਰਥਨਾ ਕਰਨੀ। ਹਾਲੇਲੂਇਆ। ਮੈਂ ਬੀਤੇ ਦਿਨਾਂ 'ਚ ਇੱਕ ਜਗ੍ਹਾ ਤੇ ਗੱਲ ਕਰਨ ਡਿਆ ਹਾਂ, ਮੈਂ ਕਿਹਾ ਦੇਖੋ ਕਹਿੰਦੇ ਨਾ ਮੈਂ ਨਹੀਂ ਇਕੱਲਾ, ਮੇਰੇ ਨਾਲ ਹੈ ਖੁਦਾ, ਹੈਨਾ, ਖੁਦਾ ਦੇ ਦੂਤ ਵੀ ਨਾਲ ਆ ਤੇ ਖੁਦਾ ਵੀ, ਇਹ ਵੀ ਤਾਂ ਸਮਝ, ਖੁਦਾ ਇਕੱਲਾ ਹੀ ਨਾਲ ਆ, ਖੁਦਾ ਦੇ ਦੂਤ ਵੀ ਕੀ ਹੈ, ਬੋਲੋ ਨਾਲ ਆ। ਹਾਲੇਲੂਇਆ। ਮੈਂ ਤੁਹਾਨੂੰ ਇੱਕ ਵਾਰ ਗੱਲ ਦੱਸਦਾ, ਇੱਕ ਦਿਨ ਮੈਂ ਕਿਸੇ ਦੇ ਘਰ ਪ੍ਰਾਰਥਨਾ ਕਰਨ ਗਿਆ, ਕਿਸੇ ਦੇ ਘਰ ਮੈਂ ਪ੍ਰਾਰਥਨਾ ਕਰਨ ਗਿਆ, ਇੱਕ ਲਾਗੇ ਉਹਨਾਂ ਦੇ ਗੁਆਂਢੀ ਨੇ ਵੱਡਾ ਸਾਰਾ ਕੁੱਤਾ ਰੱਖਿਆ ਸੀ, ਤੇ ਕੁੱਤਾ ਬੜਾ ਵੱਡਾ ਸੀ। ਜਦੋਂ ਕੁੱਤੇ ਨੇ ਸਾਨੂੰ ਦੇਖਿਆ, ਉਹ ਦੂਰੋਂ ਅੱਖਾਂ ਕੱਟ ਕੇ ਦੌੜ ਕੇ ਭੱਜ ਕੇ ਕੀ ਕੀਤਾ, ਸਾਡੇ ਵੱਲ ਆਇਆ, ਲੱਖਾਂ ਗਏ, ਬੜੇ ਗੁੱਸੇ ਨਾਲ ਆਉਣ ਲਿਆ। ਲੇਕਿਨ ਮੇਰੇ ਕੋਲ ਕੁੱਝ ਨਹੀਂ ਸੀ ਕਿ ਮੈਂ ਕੁੱਤੇ ਨੂੰ ਕੁੱਝ ਕਵਾਂ, ਕੋਈ ਸ਼ਬਦ ਨਹੀਂ ਸੀ ਮੇਰੇ ਮੂੰਹ ਦੇ ਵਿੱਚ ਵੀ ਕੁੱਤੇ ਨੂੰ ਇਹ ਕੀ ਕਰਾਂ, ਬੋਲੋ, ਕਿਉਂਕਿ ਪ੍ਰਭੂ ਦਾ ਦਾਸ ਹੈ, ਉਹਨੂੰ ਗਾਲ ਵੀ ਨਹੀਂ ਕੱਢ ਸਕਦਾ।
ਲੇਕਿਨ ਕੀ ਆ ਕਿ ਮੈਨੂੰ ਕੁਝ ਕੁਝ ਵੀ ਮੇਰੀ ਸਮਝ ਵਿੱਚ ਨਹੀਂ ਆਇਆ। ਲੇਕਿਨ ਕੁੱਤਾ ਭਜਾਇਆ ਭਜਾਇਆ ਬਿਲਕੁਲ ਕੀ ਕਰਨ ਲੱਗਾ, ਚੁੱਪਟ ਮਾਰ ਕੇ ਚੱਬਣ ਲੱਗਾ। ਮੈਂ ਕਿਹਾ ਵੇਖੋ ਲੇਕਿਨ ਉਸ ਸ਼ਬਦ ਉਸ ਸਮੇਂ ਪਤਾ ਨਹੀਂ ਕੀ ਆ ਮੇਰੇ ਮੂੰਹ ਚੋਂ ਇੱਕ ਗੈਰ ਪੱਖ ਦਾ ਅੰਨੇ ਪਾਸਾ ਦਾ ਸ਼ਬਦ ਮੇਰੇ ਮੂੰਹ ਚੋਂ ਕੀ ਕੀਤਾ ਵੱਲੋਂ ਨਿਕਲਿਆ। ਹਲੇਲੂਯਾ, ਮੈਨੂੰ ਨਹੀਂ ਪਤਾ ਪਵਿੱਤਰ ਆਤਮਾ ਨੇ ਕੀ ਕਿਹਾ। ਲੇਕਿਨ ਕੁੱਤਾ ਦੌੜਿਆ ਦੌੜਿਆ ਉਹਦੀਆਂ ਲੱਤਾਂ ਨੂੰ ਇੱਕਦਮ ਚੂੜ ਪੈ ਗਿਆ। ਇੱਥੋਂ ਜਿਵੇਂ ਕਹਿੰਦੇ ਲੱਤਾਂ ਉਹਦੀਆਂ ਕੋਈ ਗੱਲਾਂ ਫੜ ਗਿਆ। ਕੁੱਤਾ ਮੂੰਹ ਪੜਨੇ ਕੀ ਕੀਤਾ ਬੋਲੋ, ਡੱਗਾ ਉਹਦਾ ਮੂੰਹ ਫਰਸ਼ ਦੇ ਨਾਲ ਬੱਚਾ। ਉਹਦੇ ਮੂੰਹ ਤੇ ਕੀ ਲੱਗ ਗਈ ਬੋਲੋ, ਸੱਟ ਲੱਗ ਗਈ। ਕੁੱਤਾ ਆਇਆ ਬੜੇ ਗੁੱਸੇ ਨਾਲ, ਜਾਂਦਾ ਚੋਂ ਚੋਂ ਕਰਦਾ ਕੀ ਕਰਦਾ ਬੋਲੋ, ਰੋਂਦਾ ਭੱਜਾ ਜਾਂਦਾ ਹੈ। ਹਾਲੇਲੂਯਾ ਹਾਲੇਲੂਯਾ। ਪ੍ਰਭੂ ਨੇ ਦਿੱਤਾ ਕਿ ਨਹੀਂ ਫਿਰ ਇੱਟਾਂ ਦਾ ਜਵਾਬ ਪੱਥਰ ਨਾਲ? ਕਿਹਨੂੰ? ਉਹ ਕੁੱਤੇ ਨੂੰ ਜਿਹੜਾ ਪ੍ਰਭੂ ਦੀ ਦਾਸ ਨੂੰ ਪੈਣ ਆਇਆ ਸੀ। ਬੋਲੋ ਹਾਲੇਲੂਯਾ। ਸਮਝੋ ਕੀ ਆ ਕਿ ਆਪਾਂ ਇਕੱਲੇ ਨਹੀਂ ਆ, ਪਰਮੇਸ਼ੁਰ ਕੀ ਹੈ, ਪਰਮੇਸ਼ੁਰ ਦੂਤ ਸਾਡੇ ਕੀ ਹੈ, ਨਾਲ ਨੇ। ਹਾਲੇਲੂਯਾ। ਪਰ ਜੇ ਅਸੀਂ ਪ੍ਰਾਰਥਨਾ ਕਰੀਏ ਤੇ ਜੇ ਅਸੀਂ ਕੀ ਕਰੀਏ ਤੇ ਪ੍ਰਾਰਥਨਾ ਕਰੀਏ। ਇਸ ਸਮੇਂ ਪ੍ਰਭੂ ਨੇ ਕੁੱਤਾ ਪੈਣ ਆਇਆ ਉਹਦੀਆਂ ਲੱਤਾਂ ਨੂੰ ਜੋੜ ਦਿੱਤਾ, ਉਲਟਾ ਕਰਕੇ ਉਹਨੂੰ ਕੀ ਕੀਤਾ, ਉਹਦੀ ਬਾਜੀ ਬਣਾਈ। ਇੱਕ ਜਗ੍ਹਾ ਸੀ, ਹੋਰ ਮੈਂ ਤੁਹਾਨੂੰ ਗੱਲ ਦੱਸਦਾ, ਪੁਰਾਣੇ ਸਮੇਂ ਦੀ ਗੱਲ, ਮੇਰੇ ਕੋਲ ਮੋਟਰਸਾਈਕਲ ਨਹੀਂ ਸੀ ਉਦੋਂ। ਮੈਂ ਤੜਕੇ ਲੇਟ ਉੱਠਿਆ ਅਤੇ ਮੈਂ ਪ੍ਰਾਰਥਨਾ ਨਹੀਂ ਕੀਤੀ ਉੱਦਣ। ਲੇਕਿਨ ਮੈਂ ਜਿੱਥੇ ਵੀ ਜਾਂਦਾ ਮੈਂ ਪ੍ਰਾਰਥਨਾ ਕਰਦਾ। ਉਸ ਦਿਨ ਮੈਂ ਕੀ ਨਹੀਂ ਕੀਤੀ ਬੋਲੋ, ਪ੍ਰਾਰਥਨਾ ਨਹੀਂ ਕੀਤੀ। ਮੈਂ ਕਿਤੇ ਦੁਆ ਕਰਨ ਜਾਣਾ ਸੀ, ਬੰਦਗੀ ਕਰਨ ਜਾਣਾ ਸੀ। ਤਾਂ ਜਦੋਂ ਮੈਂ ਇੱਥੋਂ ਪੱਟੀਓਂ ਤੁਰਿਆ, ਰੇਲਵੇ ਸਟੇਸ਼ਨ ਲਾਗੇ ਪਹੁੰਚਿਆ, ਇੱਕ ਗਾਂ ਸੀ ਜਿਹਦੀਆਂ ਲੱਤਾਂ ਵੀ ਬਿਲਕੁਲ ਵਿੰਗੀਆਂ ਟੇਢੀਆਂ ਜਿਹੀਆਂ, ਤਾਂ ਹੌਲੀ ਹੌਲੀ ਤੁਰਦੀ ਸੀ ਉਹਦੇ ਲਾਗੋਂ ਦੀ ਬੜੇ ਲੋਕ ਲੰਘਦੇ ਜਾ ਰਹੇ ਨੇ, ਕਿਸੇ ਨੂੰ ਕੁਝ ਨਹੀਂ ਕਿਹਾ। ਜਦੋਂ ਮੈਂ ਲੰਘਿਆ ਲਾਗੋਂ ਦੀ, ਮੇਰੇ ਨੂੰ ਘੁੱਟ ਮਾਰੀ ਉਹਨੇ ਮੈਨੂੰ। ਲੇਕਿਨ ਮੈਂ ਆਇਆ ਗਾੜੀ ਉਹਦਾ ਹੱਥ ਕਰਦੇ, ਅਤੇ ਵੱਜਦਾ ਵੱਜਦਾ ਅੱਗੇ ਇੱਕ ਮੋਟਰਸਾਈਕਲ ਆਉਂਦਾ ਸੀ, ਉਹ ਮੇਰੇ ਵਿੱਚ ਵੱਜਣ ਲੱਗਾ, ਉਹਨੇ ਬ੍ਰੇਕ ਲਾ ਲਈ। ਲੇਕਿਨ ਵੱਜ ਗਿਆ, ਉਹਨੇ ਕੀ ਕਰ ਲਿਆ ਕੋਲੋਂ ਬ੍ਰੇਕ ਲਾ ਲਈ, ਅਤੇ ਮੈਨੂੰ ਬੜਾ ਗੁੱਸਾ ਵੀ ਆਇਆ ਗਾਂ 'ਤੇ। ਮੈਂ ਕਿਹਾ ਵੀ ਬੜੀ ਮਾੜੀ ਗਾਂ ਵਾ, ਵੇਖਣ 'ਚ ਕਿਹੋ ਜਿਹੀ ਲੱਗਦੀ, ਨਾ ਮੂੰਹ ਸਿਰ ਚੰਗਾ, ਅਤੇ ਕੀ ਆ ਬੋਲੋ, ਹੋਰ ਹੀ ਤਰ੍ਹਾਂ ਦੀ, ਨਾ ਇਹਦੀਆਂ ਲੱਤਾਂ ਹੀ ਕੰਮ ਕਰਦੀਆਂ, ਅਤੇ ਵੇਖ ਕਿਸੇ ਨੂੰ ਢੋਡਰੀ ਮਾਰੀ, ਕਿਹਨੂੰ ਮਾਰੀ ਬੋਲੋ, ਮੈਨੂੰ ਮਾਰੀ। ਹਾਲੇਲੂਯਾ। ਗੁੱਸਾ ਬੜਾ ਗਾਂ 'ਤੇ ਆਇਆ, ਲੇਕਿਨ ਕੀ ਕਰਦਾ, ਹੁਣ ਗਾਂ ਨੂੰ ਮਾਰ ਥੋੜ੍ਹਾ ਸਕਦਾ ਹੱਥ ਮੈਂ। ਹਾਲੇਲੂਯਾ। ਮੈਂ ਚਲਾ ਗਿਆ, ਮੈਂ ਆਖਿਆ ਇਹਨੇ ਤਾਂ ਹੀ ਢੁੱਡ ਮਾਰੀ, ਮੈਂ ਅੱਜ ਕੀ ਨਹੀਂ ਕੀਤੀ ਬੋਲੋ ਦੁਆ, ਨਹੀਂ ਕੀਤੀ। ਲੇਕਿਨ ਮੈਂ ਬੰਦਗੀ 'ਤੇ ਚਲਾ ਗਿਆ। ਬੰਦਗੀ ਤੋਂ ਜਦੋਂ ਮੈਂ ਵਾਪਸ ਆਇਆ, ਉਹ ਕਾਂ ਸਟੇਸ਼ਨ ਤੋਂ, ਪੱਟੀ ਵਾਲੇ ਸਟੇਸ਼ਨ ਤੋਂ ਚੱਲਦੀ 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 ਕਈ ਵਾਲੇ ਚੌਂਕ ਦੇ ਵਿੱਚ ਚਲੀ ਗਈ। ਜਦੋਂ ਉੱਧਰੋਂ ਮੈਂ ਆਇਆ, ਅਤੇ ਮੇਰੀ ਉੱਥੇ ਭੀੜ ਬੜੀ ਹੁੰਦੀ ਕਈ ਵਾਲੇ ਚੌਂਕ ਦੇ ਵਿੱਚ, ਜਿਨ੍ਹਾਂ ਨੇ ਪੱਟੀ ਸ਼ਹਿਰ ਦਾ ਕਈ ਵਾਲਾ ਚੌਂਕ ਦੇਖਿਆ ਨਾ, ਉੱਥੋਂ ਬੜੀ ਮੁਸ਼ਕਲ ਦੇ ਨਾਲ ਲੰਘਣਾ ਪੈਂਦਾ, ਭੀੜ ਬਹੁਤ ਜ਼ਿਆਦਾ ਹੁੰਦੀ ਆ। ਜਦੋਂ ਉੱਥੇ ਗਿਆ, ਮੈਂ ਦੂਰੋਂ ਹੀ ਦੇਖਿਆ, ਮੈਂ ਆਖਿਆ ਆਹ ਗਾਂ ਸੀ, ਵੇਖੋ ਇਹ ਤਾਂ ਤੁਰਿਆ ਵੀ ਨਹੀਂ ਚੰਗੀ ਤਰ੍ਹਾਂ ਜਾਂਦਾ, ਹੌਲੀ ਹੌਲੀ ਚੱਲਦੀ 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 ਕਿੱਥੇ ਪਹੁੰਚ ਗਈ, ਇਹਨੇ ਮੈਨੂੰ ਟੁੱਟ ਮਾਰੀ ਸੀ। ਮੈਂ ਆਖਿਆ ਆਪਣੇ ਮਨ 'ਚ, ਮੈਂ ਆਖਿਆ ਹੁਣ ਮੈਂ ਤੇਰੇ ਤੋਂ ਬਚ ਕੇ ਕੀ ਕਰਾਂਗਾ, ਬੋਲੋ ਲੰਘਾਂਗਾ। ਲੇਕਿਨ ਭੀੜ ਬੜੀ ਸੀ, ਉੱਥੇ ਲੰਘਣ ਲਈ ਕੋਈ ਜਗ੍ਹਾ ਨਹੀਂ ਸੀ। ਮੈਂ ਵੇਖਿਆ ਖਲੋਤਾ ਵੀ ਮੈਂ ਕੀ ਕਰਨਾ, ਬੋਲੋ ਲੰਘਣਾ, ਤਾਂ ਮੈਂ ਪਰਾਂ ਦੀ ਹੋ ਕੇ ਲੰਘਣਾ ਗਾਂ ਨਾਲ, ਇਹਨੇ ਮੈਨੂੰ ਕੀ ਮਾਰੀ ਸੀ, ਟੁੱਟ ਮਾਰੀ ਸੀ। ਜਦੋਂ ਉਹਦੇ ਲਾਗੋਂ ਮੈਂ ਕੀ ਕੀਤਾ ਬੋਲੋ, ਭੀੜ ਹੀ ਇੰਨੀ ਸੀ ਕਿ ਮੈਨੂੰ ਫਿਰ ਉਹਦੇ ਲਾਗੋਂ 'ਤੇ ਕੀ ਕਰਨਾ ਪਿਆ, ਬੋਲੋ ਸੰਚੇਤ ਜ਼ਰੂਰ ਹੋ ਗਿਆ ਵੀ ਇਹਨੇ ਮੈਨੂੰ ਟੁੱਟ ਮਾਰੀ ਸੀ। ਲੇਕਿਨ ਕਿਸੇ ਨੂੰ ਕੁਝ ਨਹੀਂ ਸੀ ਕਹਿ ਰਹੀ ਸੀ। ਜਦੋਂ ਮੈਂ ਉਹਦੇ ਲਾਗੋਂ 'ਤੇ ਡੰਗਿਆ, ਫਿਰ ਪਤਾ ਨਹੀਂ ਖਾਂ ਗਾਂ ਮੇਰਾ ਹੀ ਕੀ ਕਰਨ ਲਈ ਬੋਲੋ ਇੰਤਜ਼ਾਰ ਕੀਤੀ, ਫਿਰ ਉਹਨੇ ਮੈਨੂੰ ਕੀ ਮਾਰੀ, ਬੋਲੋ। ਯਾਰ ਇਹ ਗਾਂ ਮੇਰੀ ਦੁਸ਼ਮਣ ਬਣ ਗਈ ਹੈ, ਇਹ ਮੈਨੂੰ ਵੀ ਇਹਦੀ ਰਹਿੰਦੀ ਆ ਵੀ ਪਾਸਟਰ ਕਿੱਧਰ ਨੂੰ ਜਾਂਦਾ ਵਾ, ਮੈਨੂੰ ਕੀ ਕਰਾਂ, ਬੋਲੋ ਟੁੱਟ ਮਾਰਾਂ, ਜਾਂਦੇ ਵੀ ਟੁੱਟ ਮਾਰਦੀ ਆ, ਆਉਂਦੇ ਵੀ ਕੀ ਮਾਰਦੀ, ਬੋਲੋ। ਅਤੇ ਜਦੋਂ ਮੈਂ ਘਰੇ ਆਇਆ, ਮੈਂ ਗੁੱਠੇ ਟੇਕੇ ਪ੍ਰਭੂ ਗੜੀ, ਮੈਂ ਕਿਹਾ ਹੇ ਪਰਮੇਸ਼ਵਰ, ਹਾਲੇਲੂਯਾ, ਅੱਜ ਤਾਂ ਇਹੋ ਜਿਹੀ ਮਾੜੀ ਗੱਲ ਕਦੀ ਨਹੀਂ ਹੋਈ, ਮੈਨੂੰ ਤੂੰ ਦੱਸ ਮੈਨੂੰ ਗਾਣੇ ਟੁੱਟ ਕਿਉਂ ਮਾਰੀ ਅੱਜ। ਮੈਂ ਕਿਹਾ ਮੈਨੂੰ ਜਾਂਦੇ ਵੀ ਟੁੱਟ ਉਸੇ ਗਾਣੇ ਮਾਰੀ, ਆਉਂਦਿਆਂ ਵੀ ਉਸੇ ਨੇ ਮਾਰੀ, ਉਹਨੇ ਦੂਜਿਆਂ ਨੂੰ ਕਿਉਂ ਨਹੀਂ ਕੁਝ ਕਿਹਾ, ਅਤੇ ਮੈਨੂੰ ਕਿਉਂ ਮਾਰਦੀ ਹੋ? ਅਤੇ ਪਰਮੇਸ਼ਵਰ ਕਹਿੰਦਾ ਦੇਖ ਪਤਾ ਕਿਉਂ ਮਾਰੀ ਹੈ, ਤੂੰ ਸੁਬਾ ਉੱਠ ਕੇ ਮੇਰੇ ਨਾਲ ਸਮਾਂ ਬਤੀਤ ਨਹੀਂ ਕੀਤਾ। ਮੈਨੂੰ ਪਰਮੇਸ਼ਵਰ ਨੇ ਕਿਹਾ ਵੀ ਸੁਬਾ ਉੱਠ ਕੇ ਤੂੰ ਕਿਹਦੇ ਨਾਲ ਸਮਾਂ ਨਹੀਂ ਕੀਤਾ, ਮੇਰੇ ਨਾਲ ਬਤੀਤ ਨਹੀਂ ਕੀਤਾ। ਅੱਗੇ ਜਦੋਂ ਤੂੰ ਪ੍ਰਾਰਥਨਾ ਕਰਦਾ ਵਾ, ਮੈਂ ਤੇਰੇ ਨਾਲ ਹੁੰਦਾ ਵਾਂ, ਦੂਤਾਂ ਦੀਆਂ ਫੌਜਾਂ ਤੇਰੇ ਨਾਲ ਹੁੰਦੀਆਂ ਵਾਂ, ਅਤੇ ਤੂੰ ਕੀ ਆ ਬੋਲੋ? ਉਸ ਦਿਨ ਕੀ ਹੋਇਆ ਬੋਲੋ? ਉੱਠਿਆ ਅਤੇ ਉੱਠ ਕੇ ਚੁੱਕੀ ਬਾਈਬਲ ਪਾਇਆ ਗਲ 'ਚ ਬਹਿ ਗਿਆ, ਅਤੇ ਕਿੱਥੇ ਚੱਲ ਗਿਆ ਬੋਲੋ? ਮੈਨੂੰ ਤੂੰ ਨਾਲ ਲੈ ਕੇ
ਨਹੀਂ ਗਿਆ। ਹਾਲੇਲੂਇਆ। ਉਸ ਦਿਨ ਤੋਂ ਮੈਂ ਬੜਾ ਡਰਿਆ, ਬਹੁਤ ਰੋਇਆ, ਬੜਾ ਮਨ ਪਰੇਸ਼ਾਨ ਹੋਇਆ। ਮੈਂ ਜ਼ਿੰਦਗੀ ਦਾ ਨਿਯਮ ਬਣ ਲਿਆ ਕਿ ਪ੍ਰਾਰਥਨਾ ਕਰਨ ਤੋਂ ਬਗੈਰ ਕਦੀ ਵੀ ਕਿਤੇ ਬੋਲੂ ਸਾਰੇ ਜੜੇ ਨਹੀਂ ਜਾਵਾਂਗਾ। ਹਾਲੇਲੂਇਆ। ਕਦੇ ਵੀ ਕਿਤੇ ਨਹੀਂ ਜਾਵਾਂਗਾ। ਹਾਲੇਲੂਇਆ। ਸਾਰੇ ਬੋਲੋ, ਪ੍ਰਾਰਥਨਾ ਕਰਨੀ ਜ਼ਰੂਰੀ ਹੈ ਕਿ ਨਹੀਂ? ਇੱਕ ਦਾਸ ਦਾ ਗਾਂ ਧਿਆਨ ਰੱਖ ਸਕਦੀ ਹੈ, ਇੱਕ ਦੀਵਾਨੀ ਕੀਤੀ ਇਹਨੂੰ ਢੁੱਡ ਮਾਰਨੀ, ਜਾਂਦੇ ਵੀ ਢੁੱਡ ਮਾਰਦੀ ਆਉਂਦੇ ਵੀ ਕੀ ਮਾਰਦੀ ਬੋਲੋ। ਅਤੇ ਜੇ ਤੁਸੀਂ ਦੀਵਾਨੀ ਕਰੋਗੇ ਤੁਹਾਡਾ ਕੀ ਹੋਏਗਾ ਬੋਲੋ? ਸਾਰੀ ਨਹੀਂ ਤੁਹਾਨੂੰ ਮਾਰ ਸਕਦੀ ਕਿ ਨਹੀਂ ਬੋਲੋ? ਉੱਚੇ ਬੋਲੋ ਹਾਲੇਲੂਇਆ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਖੁਦਾ ਤੁਹਾਨੂੰ ਆਸ਼ੀਸ਼ ਦੇਵੇ। ਇੱਕ ਹੋਰ ਤੁਹਾਨੂੰ ਗਵਾਹੀ ਦੱਸਦਾ, ਸੀਰੋ ਭੈਣ ਨਹੀਂ ਆਈ, ਭੈਣ ਜੀ ਸੀਰੋ, ਇੱਕ ਵਾਰੀ ਇਹਨਾਂ ਨੂੰ ਲੱਗਿਆ, ਮੈਂ ਆਖਿਆ ਵੀ ਬੰਦਗੀ ਆ ਅਤੇ ਤੁਸੀਂ ਬੰਦਗੀ ਦੀ ਕੀ ਕਰਨਾ ਬੋਲੋ ਆਉਣਾ। ਇਹ ਭੈਣ ਜੀ ਖੇਤਾਂ 'ਚ ਕੰਮ ਕਰਦੇ ਸੀ, ਖੇਤਾਂ 'ਚ ਬਾਹਰ ਆਪਣਾ ਬਾਲਣ ਲੱਕੜ ਨੂੰ ਜੋ ਵੀ ਹੁੰਦਾ ਕੰਮ, ਬਾਹਰ ਚਲੇ ਗਏ। ਜਦੋਂ ਬਾਹਰ ਚਲੇ ਗਏ ਨਾ, ਪ੍ਰਭੂ ਦੀ ਬੰਦਗੀ ਵਿੱਚ ਨਹੀਂ ਆਏ, ਬੰਦਗੀ ਦਾ ਇਨਕਾਰ ਕਰਤਾ, ਤਾਂ ਕਿੱਧਰ ਚਲ ਗਏ? ਖੇਤਾਂ 'ਚ। ਉੱਥੇ ਇੱਕ ਕੁੱਤਾ ਪੈ ਗਿਆ, ਸੀਰੋ ਭੈਣ ਨੂੰ ਕੀ ਪੈ ਗਿਆ ਬੋਲੋ? ਕੁੱਤਾ ਪੈ ਗਿਆ। ਕੁੱਤਾ ਪੈਂਦਾ ਨਹੀਂ, ਬਸ ਸੀਰੋ ਭੈਣ ਦੀਆਂ ਚੀਕਾਂ ਕਢਾਉਂਦਾ ਸੀ। ਕੀ ਕਰਦਾ ਸੀ ਬੋਲੋ? ਕਹਿੰਦਾ ਕੁਛ ਨਹੀਂ, ਸਿਰਫ ਕੀ ਕਰਦਾ ਸੀ, ਉਹਨੂੰ ਉਹਦੀਆਂ ਚੀਕਾਂ ਕਢਾਉਂਦਾ ਸੀ। ਕੁੱਤਾ ਕੀ ਕਰਦਾ ਸੀ, ਉਹ ਪਹਿਲਾਂ ਐਂ ਕਰਕੇ ਉਹ ਕੀ ਕਰਦਾ, ਆਪਣੇ ਪੈਰ ਦੇ ਨਾਲ ਨੌਲੇ ਮਾਰ ਕੇ ਮਿੱਟੀ ਪੁੱਟਦਾ ਦੂਰ ਜਾ ਕੇ, ਫਿਰ ਬੜੀ ਸਪੀਡ ਨਾਲ ਪਹੁੰਚਾਉਂਦਾ, ਬਹੁਤ ਸਪੀਡ ਨਾਲ ਪਹੁੰਚਾਉਂਦਾ, ਤੇ ਲਾਗੇ ਆ ਕੇ ਯਕਦਮ ਕੀ ਕਰਦਾ, ਬ੍ਰੇਕ ਮਾਰ ਲੈਂਦਾ। ਉਹਦੇ ਲਾਗੇ ਆ ਕੇ ਕੀ ਕਰਦਾ, ਬ੍ਰੇਕ ਲਾ ਲੈਂਦਾ। ਜਦੋਂ ਉਹਨੇ ਭੱਜੋ ਦੀ ਉਮਰ, ਪ੍ਰਭੂ ਯਿਸੂ ਬੁਛਾਲਾ, ਤੇ ਕਿਹਦੀ ਜਾਨ ਹੁੰਦੀ ਆ? ਯਿਸੂ ਨੂੰ। ਕੁੱਤਾ ਫਿਰ ਰੁਕ ਜਾਂਦਾ, ਫਿਰ ਖੇੜਾ ਨਹੀਂ ਸੜਦਾ, ਫਿਰ ਪਰਾਂ ਨੂੰ ਜਾਂਦਾ, ਭੱਜ ਕੇ ਪਰਾਂ ਨੂੰ ਜਾਂਦਾ, ਭੱਜ ਕੇ ਪਰਾਂ ਨੂੰ ਜਾ ਕੇ ਉਹ ਕੁੱਤਾ ਫਿਰ ਕੀ ਕਰਦਾ ਬੋਲੋ? ਉੱਥੇ ਫਿਰ ਕੀ ਕਰਦਾ, ਇਸ ਤਰ੍ਹਾਂ ਕਰਕੇ ਕੀ ਕਰਦਾ, ਮਿੱਟੀ ਪੁੱਟਦਾ, ਫਿਰ ਭੱਜ ਕੇ ਕੀ ਕਰਦਾ ਬੋਲੋ? ਸੀਰੋ ਭੈਣ ਜੀ ਅੱਲ ਆਉਂਦਾ, ਉਹ ਕੀ ਕਰਦਾ ਵਾ ਬੋਲੋ? ਬੜੀ ਸਪੀਡ ਨਾਲ ਆਉਂਦਾ, ਚਲੋ ਸਪੀਡ ਨੂੰ ਪਹੁੰਚਾਉਂਦਾ, ਕਦੇ ਉਹਨੂੰ ਉਹ ਸੋਚਦੀ ਬੇਟੀ ਗੁੱਸੇ ਨਾਲ ਆਉਂਦੇ, ਇੰਨੇ ਮੈਨੂੰ ਸੱਡਣਾ ਨਹੀਂ, ਉਹ ਫਿਰ ਕਹਿੰਦੇ ਪ੍ਰਭੂ ਮੈਨੂੰ ਪੁੱਛਾਲਾ। ਲਾਗੇ ਆ ਕੇ ਕੁੱਤਾ ਫਿਰ ਕੀ ਕਰਦਾ ਬੋਲੋ? ਔਰ ਕੁੱਤੇ ਨੇ ਕੁਝ ਵੀ ਨਹੀਂ ਕਿਹਾ ਸੀਰੋ ਭੈਣ ਨੂੰ, ਸਿਰਫ ਕੀ ਕਰਾਈ, ਕਢਾਇਆ ਉਹਨੂੰ, ਉਹਦੀਆਂ ਚੀਕਾਂ ਕਢਾਈਆਂ। ਉੱਥੇ ਉਹਨੂੰ ਯਿਸੂ ਦੀ ਯਾਦ ਆਈ, ਉਹਨੇ ਕੁੱਤੇ ਤੋਂ ਡਰਦੀ ਨੇ ਯਿਸੂ ਨੂੰ ਪੁਕਾਰਿਆ, ਯਿਸੂ ਬੁਚਾਲਾ। ਹਾਲੇਲੂਇਆ। ਜੇ ਬਦਗੀ ਵਿੱਚ ਆ ਜਾਂਦੀ ਚੀਕਾਂ ਮਾਰ ਮਾਰ ਕੇ, ਰੌਲਾ ਪਾ ਪਾ ਕੇ ਯਿਸੂ ਨੂੰ ਪੁਕਾਰਨਾ ਇਸ ਪੈਣਾ, ਬਦਗੀ 'ਚ ਉਹਨੇ ਕਹਿੰਦੇ ਪ੍ਰਭੂ ਯਿਸੂ ਦਿਆ ਕਰਦੇ, 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 ਇਵੇਂ ਕਹਿੰਦੇ, ਮੂੰਹ ਨਹੀਂ ਸੀ ਖੋਲਣਾ। ਹਾਲੇਲੂਇਆ। ਉੱਥੇ ਉਹਨੂੰ ਕਹਿ ਦਿੰਦਾ ਦਿਆ ਕਰਦੇ, ਦਿਆ ਕਰਦੇ, ਜਦੋਂ ਕੁੱਤਾ ਆਉਂਦਾ ਉਹ ਕੀ ਕਢਾ ਦਿੰਦਾ ਬੋਲੋ? ਉਦੋਂ ਕੀ ਜਾ ਯਿਸੂ, ਬੜੀ ਜ਼ੋਰ ਨਾਲ ਆਵਾਜ਼ ਕੱਢਦੇ ਆ, ਕੀ ਕਰਨਾ ਬੇਚਾਰਾ। ਹਾਲੇਲੂਇਆ, ਹਾਲੇਲੂਇਆ। ਸੋ ਪਰਮੇਸ਼ੁਰ ਦੀ ਹਜ਼ੂਰੀ ਸਾਡੇ ਨਾਲ ਹੋਣੀ ਚਾਹੀਦੀ ਹੈ, ਜਿੱਥੇ ਵੀ ਜਾਈਏ ਪਰਮੇਸ਼ੁਰ ਦੀ ਹਜ਼ੂਰੀ ਸਾਡੇ ਨਾਲ ਹੋਣੀ ਚਾਹੀਦੀ ਹੈ। ਯਿਸੂ ਮਸੀਹ ਸਾਡੇ ਨਾਲ ਹੋਣਾ ਚਾਹੀਦਾ ਹੈ, ਯਿਸੂ ਮਸੀਹ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ। ਹਾਲੇਲੂਇਆ। ਫਿਰ ਕੋਈ ਚੀਜ਼ ਸਾਨੂੰ ਕਿਸੇ ਤੋਂ ਡਰ ਵੀ ਨਹੀਂ ਲੱਗੇਗਾ ਬੋਲੋ। ਹਾਲੇਲੂਇਆ, ਹਾਲੇਲੂਇਆ। ਸਾਰੀਆਂ ਚੀਜ਼ਾਂ ਸਾਡੇ ਤੋਂ ਕੀ ਕਰਨੀਆਂ ਬੋਲੋ? ਸ਼ੈਤਾਨ ਸਾਡੇ ਤੋਂ ਕੀ ਕਰੇਗਾ ਬੋਲੋ? ਡਰੇਗਾ। ਹਾਲੇਲੂਇਆ। ਨਹੀਂ ਤੇ ਡੰਗਰ ਨਹੀਂ ਡਰਨਗੇ ਸਾਡੇ ਤੋਂ। ਬਾਈਬਲ 'ਚ ਲਿਖਿਆ ਕੁੱਤਿਆਂ ਤੋਂ ਸੰਚੇਤ ਹੋਵੋ, ਕੁੱਤੇ ਸਾਡੇ ਤੋਂ ਕੀ ਨਹੀਂ ਕਰਨਗੇ? ਉੱਚੀ ਬੋਲੋ, ਡਰਨਗੇ ਨਹੀਂ ਜੇ ਅਸੀਂ ਪ੍ਰਾਰਥਨਾ ਨਹੀਂ ਕਰਦੇ ਬੋਲੋ। ਹਾਲੇਲੂਇਆ। ਮੈਂ ਉਹੀ ਇਨਸਾਨ ਜਿਸ ਸਮੇਂ ਗਾਣੇ ਢੁੱਡ ਮਾਰੀ ਬੋਲੋ ਹਾਲੇਲੂਇਆ, ਅੱਜ ਯਿਸੂ ਮਸੀਹ ਦੇ ਨਾਮ 'ਚ ਮੈਂ ਦੁਸ਼ਟਾਤਮਾ ਨੂੰ ਕਮਾਂਡ ਕਰਦਾ, ਦੁਸ਼ਟਾਤਮਾ ਦੀ ਤਾਕਤ ਨਹੀਂ ਕੀ ਕਰੇ ਬੋਲੋ, ਮੇਰੇ ਦੇਖ ਰਹੀ ਪਾਇਆ। ਹਾਲੇਲੂਇਆ। ਖੁਦਾ ਦਾ ਧੰਨਵਾਦ, ਖੁਦਾ ਦਾ ਬਰਕਤ ਹੈ। ਆਮੀਨ।